ਪਿੰਡ ਪੰਜਾਬ ਵਿੱਚ ਜੀ ਆਇਆਂ ਨੂੰ ਉਮੀਦ ਕਰਦੀ ਹਾਂ ਸਭ ਠੀਕ ਠਾਕ ਖੈਰ ਖੈਰੀਅਤ ਨਾਲ ਹੋਣਗੇ ਅਤੇ ਮੈਂ ਵੀ ਤੁਹਾਡੇ ਢੇਰ ਸਾਰੇ ਪਿਆਰ ਨਾਲ ਅਤੇ ਬਹੁਤ ਸਾਰੀ ਦੁਆਵਾਂ ਦੇ ਨਾਲ ਬਿਲਕੁਲ ਠੀਕ ਹੈਗੀ ਅਤੇ ਅੱਲਾ ਦਾ ਫਜ਼ਲੋ ਕਰਮ ਹੈਗਾ ਕਿ ਮੈਂ ਬਿਲਕੁਲ ਠੀਕ ਹੈਗੀ ਅਤੇ ਅੱਲਾ ਪਾਕ ਤੁਹਾਡੇ 'ਤੇ ਵੀ ਕਰਮ ਕਰੇ ਅੱਲਾ ਪਾਕ ਹਰ ਇੱਕ ਮੇਰੇ ਸਪੋਰਟ ਕਰਨ ਵਾਲਿਆਂ 'ਤੇ ਵੀ ਰਹਿਮ ਕਰੇ ਅੱਲਾ ਪਾਕ ਹਰ ਇੱਕ ਮੁਸਲਮਾਨ 'ਤੇ ਰਹਿਮ ਕਰੇ ਅੱਲਾ ਪਾਕ ਹਰ ਇੱਕ ਇਨਸਾਨ 'ਤੇ ਰਹਿਮ ਕਰੇ ਪਾਕਿਸਤਾਨ ਵਿੱਚ ਅਤੇ ਪਾਕਿਸਤਾਨ ਤੋਂ ਬਾਅਦ ਜਿੰਨੇ ਵੀ ਦੇਖਣ ਵਾਲੇ ਨੇ ਉਹਨਾਂ ਸਾਰਿਆਂ 'ਤੇ ਅੱਲਾ ਪਾਕ ਆਪਣਾ ਖਾਸ ਰਹਿਮ ਫਰਮਾਏ। ਅੱਜ ਦਾ ਵਲੋਗ ਸਟਾਰਟ ਕਰਦੇ ਹਾਂ। ਅੱਜ ਦੇ ਵਲੋਗ ਵਿੱਚ ਮੈਂ ਦਿਖਾਵਾਂਗੀ ਕਿ ਕਿੱਦਾਂ ਅਸੀਂ ਇਹ ਚੱਕੇ 'ਚ ਜਿਹੜੀਆਂ ਬੱਕਰੀਆਂ ਪਾਲੀਆਂ ਨੇ, ਜਿਹੜਾ ਸਾਡਾ ਪਿੰਡ ਹੈਗਾ ਇੱਥੇ ਜਿਹੜੀਆਂ ਬੱਕਰੀਆਂ ਹੈਗੀਆਂ ਉਹਨਾਂ ਨੂੰ ਦੇਖ ਕਿੱਦਾਂ ਇਹਨਾਂ ਨੂੰ ਘਾਹ ਖਪਾਈਦਾ ਅਤੇ ਕਿੱਦਾਂ ਇਹ ਬਹੁਤ ਖੂਬਸੂਰਤ ਲੱਗਦਾ ਹੈ ਇੱਦਾਂ ਦਾ ਮਾਹੌਲ। ਅਤੇ ਤੁਹਾਨੂੰ ਕਿੱਦਾਂ ਦੀ ਲੱਗਦੀ ਮੇਰੀ ਵੀਡੀਓ ਮੈਨੂੰ ਕਮੈਂਟਸ ਕਰਕੇ ਲਾਜ਼ਮੀ ਦੱਸ ਦਿਓ ਅਤੇ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੀਏ, ਲਾਈਕ ਕਰੀਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਤੇ ਅੱਜ ਦਾ ਵਲੋਗ ਸਟਾਰਟ ਕਰਦੇ ਹਾਂ। ਆਖਿਰ ਵਿੱਚ ਇਹੀ ਕਹਾਂਗੀ ਕਿ ਆਪਣਾ ਖਿਆਲ ਰੱਖਿਓ, ਦੂਜਿਆਂ ਦਾ ਵੀ ਖਿਆਲ ਰੱਖਿਓ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾ ਪਾਕ ਸਭ ਨੂੰ ਆਪਣੇ ਹਿਫਜ਼ੋ ਇਮਾਨ ਵਿੱਚ ਰੱਖੇ।